11 ਫਰਵਰੀ ਨੂੰ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਮਰਾਲਾ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਰਹੇ ਨੇ, ਜਿੱਥੇ ਉਹ ਪੰਜਾਬ ਦੇ 117 ਹਲਕਿਆਂ ਦੇ ਨੁਮਾਇੰਦਿਆਂ, ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਹਲਕਾ ਕਾਂਗਰਸ ਪ੍ਰਧਾਨ ਦੀਪਿੰਦਰ ਸਿੰਘ ਢਿੱਲੋਂ ਨੇ ਆਪਣੇ ਦਫ਼ਤਰ ਵਿਖੇ ਹਲਕੇ ਦੇ ਵੱਡੀ ਗਿਣਤੀ ਵਰਕਰਾਂ ਦੀ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਦਿੱਲੀ ਤੋਂ ਆਬਜ਼ਰਵਰ ਅਨੂਪ ਸਿੰਘ ਵੀ ਪਹੁੰਚੇ ਹੋਏ ਸਨ। 11 ਫਰਵਰੀ ਨੂੰ ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਉਹ ਪੰਜਾਬ ਆ ਰਹੇ ਨੇ। ਸਮਰਾਲੇ ਦੇ ਵਿੱਚ ਇੱਕ ਸਾਰੇ ਪੰਜਾਬ ਦੀ 117 ਹਲਕਿਆਂ ਦੀ ਜਿਹੜੀ ਵਰਕਰ ਮੀਟਿੰਗ ਹੈ ਉਹਨਾਂ ਦੇ ਨਾਲ ਉਹ ਰੱਖੀ ਗਈ ਜੀ। ਔਰ ਉਹਦੇ ਵਿੱਚ ਸਾਡੇ ਜਿਹੜੇ ਮੰਡਲ ਪ੍ਰਧਾਨ ਨੇ, ਸਾਡੇ ਬਲੋਕ ਦੇ ਪ੍ਰੈਜ਼ੀਡੈਂਟ ਨੇ, ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈ, ਬਲੋਕ ਸਮਿਤੀ ਦੇ ਮੈਂਬਰ ਹੈ, ਪੰਚ ਸਰਪੰਚ ਨੇ, ਬੂਥ ਕਮੇਟੀਆਂ ਦੇ ਮੈਂਬਰ ਨੇ, ਉਹ ਸਾਰਿਆਂ ਨੂੰ ਉਦਨ ਉੱਥੇ ਲੈ ਕੇ ਜਾਇਆ ਜਾ ਰਿਹਾ ਤਾਂ ਕਿ ਉਹ ਪ੍ਰਧਾਨ ਜਿਹੜੇ ਸਾਡੇ ਖੜਗੇ ਸਾਹਿਬ ਆ ਰਹੇ ਉਹਨਾਂ ਦੇ ਵਿਚਾਰ ਸੁਣ ਸਕਣ, ਔਰ ਜੋ ਵੀ ਉਹਨਾਂ ਨੇ ਕੋਈ ਦਿਸ਼ਾ ਨਿਰਦੇਸ਼ ਦੇਣਾ ਉਹ ਸਾਰੇ ਵਰਕਰਾਂ ਨੂੰ ਆਪਣਾ ਦਿਸ਼ਾ ਨਿਰਦੇਸ਼ ਦੇਣ। ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਡੇਰਾਬੱਸੀ ਹਲਕੇ ਦੀ ਮੀਟਿੰਗ ਬੁਲਾਈ ਹੈ। ਤਕਰੀਬਨ 1,500 ਵਰਕਰ ਸਾਡਾ ਕਾਂਗਰਸ ਪਾਰਟੀ ਦਾ ਜ਼ੀਰਕਪੁਰ, ਡੇਰਾਬੱਸੀ ਔਰ ਲਾਲੜੂ ਦੇ ਵਿੱਚੋਂ ਡੇਰਾਬੱਸੀ ਹਲਕੇ ਤੋਂ ਤਕਰੀਬਨ 30 ਬੱਸਾਂ 11 ਤਰੀਕ ਨੂੰ ਇੱਥੇ ਜਾ ਰਹੀਆਂ ਨੇ। ਔਰ ਅੱਜ ਸਾਡੇ ਹਾਈਕਮਾਂਡ ਨੇ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਅਨੂਪ ਸਿੰਘ ਜੀ ਦਿੱਲੀ ਤੋਂ ਆਬਜ਼ਰਵਰ ਵੀ ਲਾਏ ਸੀ, ਉਹ ਆਬਜ਼ਰਵਰ ਵੀ ਆਏ ਸੀ, ਉਹ ਵੀ ਮੀਟਿੰਗ ਕਰਕੇ ਗਏ ਨੇ, ਉਹ ਸਾਰੇ ਵਰਕਰਾਂ ਨੂੰ ਆਪਣੇ ਵਿਚਾਰ ਦੱਸ ਕੇ ਗਏ ਨੇ। ਸੋ ਅਸੀਂ ਉਸ ਸੰਬੰਧ ਦੇ ਵਿੱਚ ਮੀਟਿੰਗ ਲਾਈ ਔਰ ਵਰਕਰ ਦੀਆਂ ਸਾਰੀਆਂ ਡਿਊਟੀਆਂ ਲਾਈਆਂ ਗਈਆਂ 11 ਤਰੀਕ ਨੂੰ ਇੱਥੇ ਜਾਣ ਲਈ, ਕਿਉਂਕਿ ਦੇਖੋ 2 ਸਾਲ ਹੋ ਗਏ ਸਾਡੇ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ PCC ਦੇ ਪ੍ਰਧਾਨ ਬਣਾਏ। ਉਹਨਾਂ ਨੇ 2 ਸਾਲਾਂ ਦੇ ਵਿੱਚ ਮਿਹਨਤ ਕਰਕੇ ਉਹਨਾਂ ਨੇ ਸਾਰਾ, ਮੈਂ ਸਮਝਦਾ, ਪਾਰਟੀ ਦਾ ਜਿਹੜਾ ਢਾਂਚਾ ਉਹਨੂੰ ਖੜ੍ਹਾ ਕੀਤਾ, ਔਰ ਉਹ ਸਾਰਾ ਜਿਹੜਾ ਢਾਂਚਾ ਥੱਲੇ ਤੋਂ ਲੈ ਕੇ ਜ਼ਮੀਨ ਪੱਧਰ ਤੋਂ, ਮਤਲਬ ਬੂਥ ਲੈਵਲ ਤੋਂ ਲੈ ਕੇ ਉਹਨਾਂ ਨੇ ਬਲੋਕਾਂ ਤੱਕ, ਮੰਡਲ ਪ੍ਰਧਾਨ, ਮੰਡਲ ਕਮੇਟੀਆਂ, ਜ਼ਿਲ੍ਹੇ ਦੀਆਂ ਕਮੇਟੀਆਂ, ਉਹ ਸਾਰੀਆਂ ਖੜੀਆਂ ਕੀਤੀਆਂ। ਹੁਣ ਉਹ ਸਾਰੀਆਂ ਜਿਹੜੀਆਂ ਇਹ ਵਰਕਰ ਨੇ ਉਹਨਾਂ ਦੀ ਮੀਟਿੰਗ ਜਿਹੜੀ ਹੈ ਸਾਡੇ ਪ੍ਰਧਾਨ ਖੜਗੇ ਸਾਹਿਬ ਨਾਲ 11 ਤਰੀਕ ਨੂੰ ਸਮਰਾਲੇ ਹੋਈ। 11 ਫਰਵਰੀ ਨੂੰ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਮਰਾਲਾ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਰਹੇ ਨੇ, ਜਿੱਥੇ ਉਹ ਪੰਜਾਬ ਦੇ 117 ਹਲਕਿਆਂ ਦੇ ਨੁਮਾਇੰਦਿਆਂ, ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਹਲਕਾ ਕਾਂਗਰਸ ਪ੍ਰਧਾਨ ਦੀਪਿੰਦਰ ਸਿੰਘ ਢਿੱਲੋਂ ਨੇ ਆਪਣੇ ਦਫ਼ਤਰ ਵਿਖੇ ਹਲਕੇ ਦੇ ਵੱਡੀ ਗਿਣਤੀ ਵਰਕਰਾਂ ਦੀ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਦਿੱਲੀ ਤੋਂ ਆਬਜ਼ਰਵਰ ਅਨੂਪ ਸਿੰਘ ਵੀ ਪਹੁੰਚੇ ਹੋਏ ਸਨ। 11 ਫਰਵਰੀ ਨੂੰ ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਉਹ ਪੰਜਾਬ ਆ ਰਹੇ ਨੇ। ਸਮਰਾਲੇ ਦੇ ਵਿੱਚ ਇੱਕ ਸਾਰੇ ਪੰਜਾਬ ਦੀ 117 ਹਲਕਿਆਂ ਦੀ ਜਿਹੜੀ ਵਰਕਰ ਮੀਟਿੰਗ ਹੈ ਉਹਨਾਂ ਦੇ ਨਾਲ ਉਹ ਰੱਖੀ ਗਈ ਜੀ। ਔਰ ਉਹਦੇ ਵਿੱਚ ਸਾਡੇ ਜਿਹੜੇ ਮੰਡਲ ਪ੍ਰਧਾਨ ਨੇ, ਸਾਡੇ ਬਲੋਕ ਦੇ ਪ੍ਰੈਜ਼ੀਡੈਂਟ ਨੇ, ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈ, ਬਲੋਕ ਸਮਿਤੀ ਦੇ ਮੈਂਬਰ ਹੈ, ਪੰਚ ਸਰਪੰਚ ਨੇ, ਬੂਥ ਕਮੇਟੀਆਂ ਦੇ ਮੈਂਬਰ ਨੇ, ਉਹ ਸਾਰਿਆਂ ਨੂੰ ਉਦਨ ਉੱਥੇ ਲੈ ਕੇ ਜਾਇਆ ਜਾ ਰਿਹਾ ਤਾਂ ਕਿ ਉਹ ਪ੍ਰਧਾਨ ਜਿਹੜੇ ਸਾਡੇ ਖੜਗੇ ਸਾਹਿਬ ਆ ਰਹੇ ਉਹਨਾਂ ਦੇ ਵਿਚਾਰ ਸੁਣ ਸਕਣ, ਔਰ ਜੋ ਵੀ ਉਹਨਾਂ ਨੇ ਕੋਈ ਦਿਸ਼ਾ ਨਿਰਦੇਸ਼ ਦੇਣਾ ਉਹ ਸਾਰੇ ਵਰਕਰਾਂ ਨੂੰ ਆਪਣਾ ਦਿਸ਼ਾ ਨਿਰਦੇਸ਼ ਦੇਣ। ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਡੇਰਾਬੱਸੀ ਹਲਕੇ ਦੀ ਮੀਟਿੰਗ ਬੁਲਾਈ ਹੈ। ਤਕਰੀਬਨ 1,500 ਵਰਕਰ ਸਾਡਾ ਕਾਂਗਰਸ ਪਾਰਟੀ ਦਾ ਜ਼ੀਰਕਪੁਰ, ਡੇਰਾਬੱਸੀ ਔਰ ਲਾਲੜੂ ਦੇ ਵਿੱਚੋਂ ਡੇਰਾਬੱਸੀ ਹਲਕੇ ਤੋਂ ਤਕਰੀਬਨ 30 ਬੱਸਾਂ 11 ਤਰੀਕ ਨੂੰ ਇੱਥੇ ਜਾ ਰਹੀਆਂ ਨੇ। ਔਰ ਅੱਜ ਸਾਡੇ ਹਾਈਕਮਾਂਡ ਨੇ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਅਨੂਪ ਸਿੰਘ ਜੀ ਦਿੱਲੀ ਤੋਂ ਆਬਜ਼ਰਵਰ ਵੀ ਲਾਏ ਸੀ, ਉਹ ਆਬਜ਼ਰਵਰ ਵੀ ਆਏ ਸੀ, ਉਹ ਵੀ ਮੀਟਿੰਗ ਕਰਕੇ ਗਏ ਨੇ, ਉਹ ਸਾਰੇ ਵਰਕਰਾਂ ਨੂੰ ਆਪਣੇ ਵਿਚਾਰ ਦੱਸ ਕੇ ਗਏ ਨੇ। ਸੋ ਅਸੀਂ ਉਸ ਸੰਬੰਧ ਦੇ ਵਿੱਚ ਮੀਟਿੰਗ ਲਾਈ ਔਰ ਵਰਕਰ ਦੀਆਂ ਸਾਰੀਆਂ ਡਿਊਟੀਆਂ ਲਾਈਆਂ ਗਈਆਂ 11 ਤਰੀਕ ਨੂੰ ਇੱਥੇ ਜਾਣ ਲਈ, ਕਿਉਂਕਿ ਦੇਖੋ 2 ਸਾਲ ਹੋ ਗਏ
ਸਾਡੇ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਪੀ ਸੀ ਸੀ ਦੇ ਪ੍ਰਧਾਨ ਬਣਾਏ। ਉਹਨਾਂ ਨੇ 2 ਸਾਲਾਂ ਦੇ ਵਿੱਚ ਮਿਹਨਤ ਕਰਕੇ ਉਹਨਾਂ ਨੇ ਸਾਰਾ ਮੈਂ ਸਮਝਦਾ ਪਾਰਟੀ ਦਾ ਜਿਹੜਾ ਢਾਂਚਾ ਉਹਨੂੰ ਖੜ੍ਹਾ ਕੀਤਾ, ਔਰ ਉਹ ਸਾਰਾ ਜਿਹੜਾ ਢਾਂਚਾ ਥੱਲੇ ਤੋਂ ਲੈ ਕੇ ਜ਼ਮੀਨ ਪੱਧਰ ਤੋਂ ਮਤਲਬ ਬੂਥ ਲੈਵਲ ਤੋਂ ਲੈ ਕੇ ਉਹਨਾਂ ਨੇ ਬਲਾਕਾਂ ਤੱਕ ਮੰਡਲ ਪ੍ਰਧਾਨ ਮੰਡਲ ਕਮੇਟੀਆਂ ਜ਼ਿਲ੍ਹੇ ਦੀਆਂ ਕਮੇਟੀਆਂ ਉਹ ਸਾਰੀਆਂ ਖੜੀਆਂ ਕੀਤੀਆਂ। ਹੁਣ ਉਹ ਸਾਰੀਆਂ ਜਿਹੜੀਆਂ ਇਹ ਵਰਕਰ ਨੇ ਉਹਨਾਂ ਦੀ ਮੀਟਿੰਗ ਜਿਹੜੀ ਹੈ ਸਾਡੇ ਪ੍ਰਧਾਨ ਖੜਗੇ ਸਾਹਿਬ ਨਾਲ 11 ਤਰੀਕ ਨੂੰ ਸਮਰਾਲੇ ਹੋਈ।